ਜਿਹੜਾ ਐਸਸੀ ਓਬੀਸੀ ਬੱਚਿਆਂ ਦੇ ਸਕਾਲਰਸ਼ਿਪ ਦਾ ਘਪਲਾ ਸੀਗਾ, ਉਹ ਘਪਲਾ ਨਾ ਤਾਂ ਉਜਾਗਰ ਹੋਇਆ, ਨਾ ਬੱਚਿਆਂ ਨੂੰ ਉਹ ਜਿਹੜੀ ਉਹਨਾਂ ਦੀ ਬਣਦੀ ਰਾਸ਼ੀ ਆ ਬੱਚਿਆਂ ਦੇ ਅਕਾਊਂਟਾਂ 'ਚ ਪਹੁੰਚੀ ਆ, ਨਾ ਕਾਲਜਾਂ ਯੂਨੀਵਰਸਿਟੀਆਂ ਦੀਆਂ ਫੀਸਾਂ ਪੇ ਹੋਈਆਂ। ਜਿਹੜੇ ਸਕੂਲ ਕਾਲਜ ਨੇ ਯੂਨੀਵਰਸਿਟੀਆਂ ਨੇ ਉਹ ਕਹਿੰਦੇ ਨੇ ਵੀ ਅਸੀਂ ਬੱਚਿਆਂ ਨੂੰ ਇਗਜ਼ਾਮ ਦੇ ਵਿੱਚ ਨਹੀਂ ਬੈਠਣ ਦੇਣਾ। ਇਹ ਜਿਹੜੀ ਸਰਕਾਰ ਹੈਗੀ ਦਲਿਤ ਵਿਰੋਧੀ ਸਰਕਾਰ ਹੈਗੀ ਆ। 24 PPS ਅਧਿਕਾਰੀਆਂ ਦੀ ਜਿਹੜੀ ਲਿਖ ਕੇ ਲਿਸਟ ਭੇਜੀ ਸੀਗੀ IPS ਕਰਨ ਵਾਸਤੇ, ਪ੍ਰਮੋਟ ਕਰਨ ਵਾਸਤੇ, ਮਗਰ ਉਹਨਾਂ ਦੇ ਵਿੱਚੋਂ ਨਾ ਤਾਂ ਉਹਦੇ ਵਿੱਚ ਕੋਈ ਦਲਿਤ ਸਮਾਜ ਦਾ ਸੀਗਾ, ਨਾ ਕੋਈ OBC ਸਮਾਜ ਦਾ। ਲੋਕ ਇਨਸਾਫ ਪਾਰਟੀ ਦੇ SC ਵਿੰਗ ਵੱਲੋਂ ਕਚਹਿਰੀ ਚੌਂਕ ਵਿੱਚ ਦਲਿਤ ਵਿਦਿਆਰਥੀਆਂ ਦੇ ਪੋਸਟ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਉਪਰੰਤ ਲਿਪ ਦੇ SC ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਜੇਸ਼ ਖੋਖਰ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਰਾਹੀਂ ਇੱਕ ਮੰਗ ਪੱਤਰ ਵੀ ਪੰਜਾਬ ਸਰਕਾਰ ਨੂੰ ਭੇਜ ਕੇ ਮੰਗ ਕੀਤੀ ਗਈ ਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਨਿਰਦੇਸ਼ ਦਿੱਤੇ ਜਾਣ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਦਲਿਤ ਵਿਦਿਆਰਥੀਆਂ ਲਈ ਪੋਸਟ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਸੀ, ਪਰ ਇਸ ਮੁੱਦੇ 'ਤੇ ਪੰਜਾਬ ਸਰਕਾਰ ਦੀ ਲਾਪਰਵਾਹੀ ਕਾਰਨ 2 ਲੱਖ ਦਲਿਤ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਪੈ ਗਿਆ। ਦਲਿਤ ਵਿਦਿਆਰਥੀਆਂ ਲਈ ਆਏ ਪੈਸੇ ਨੂੰ ਸਰਕਾਰ ਵੱਲੋਂ ਕਿਸੇ ਹੋਰ ਮਤਲਬ ਲਈ ਵਰਤੇ ਜਾਣ ਦਾ ਵੀ ਉਹਨਾਂ ਦੋਸ਼ ਲਾਇਆ ਅਤੇ ਕਿਹਾ ਕਿ ਸਕਾਲਰਸ਼ਿਪ ਦਾ ਇੱਕ ਵੀ ਪੈਸਾ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਨਹੀਂ ਆਇਆ, ਜਿਸ ਕਾਰਨ ਉਹ ਆਪਣੀ ਕਾਲਜ ਅਤੇ ਯੂਨੀਵਰਸਿਟੀ ਦੀ ਫੀਸ ਅਦਾ ਨਹੀਂ ਕਰ ਸਕੇ ਅਤੇ ਯੂਨੀਵਰਸਿਟੀਆਂ ਅਤੇ ਕਾਲਜਾਂ ਨੇ ਉਹਨਾਂ ਨੂੰ ਫੀਸਾਂ ਜਮ੍ਹਾਂ ਕਰਾਉਣ ਲਈ ਚੇਤਾਵਨੀ ਦਿੱਤੀ ਹੈ। ਲਿਪ ਆਗੂਆਂ ਨੇ ਕਿਹਾ ਕਿ ਇਸ ਵੱਡੇ ਸਕੈਮ ਲਈ ਪੰਜਾਬ ਸਰਕਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ। ਜਿਹੜਾ ਅੱਜ ਦਾ ਅਸੀਂ ਇਹ ਪ੍ਰੋਗਰਾਮ ਰੱਖਿਆ, ਇਹ ਜਿਵੇਂ ਪਿਛਲੇ ਲੰਬੇ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਵੀ ਜਿਹੜਾ SC OBC ਬੱਚਿਆਂ ਦੇ ਸਕਾਲਰਸ਼ਿਪ ਦਾ ਘਪਲਾ ਸੀਗਾ, ਉਹ ਘਪਲਾ ਨਾ ਤਾਂ ਉਜਾਗਰ ਹੋਇਆ, ਨਾ ਬੱਚਿਆਂ ਨੂੰ ਉਹ ਜਿਹੜੀ ਉਹਨਾਂ ਦੀ ਬਣਦੀ ਰਾਸ਼ੀ ਆ ਬੱਚਿਆਂ ਦੇ ਅਕਾਊਂਟਾਂ 'ਚ ਪਹੁੰਚੀ ਆ, ਨਾ ਕਾਲਜਾਂ ਯੂਨੀਵਰਸਿਟੀਆਂ ਦੀਆਂ ਫੀਸਾਂ ਪੇ ਹੋਈਆਂ। ਸੋ ਉਹਦਾ ਰਿਜ਼ਲਟ ਇਹ ਆ ਵੀ ਜਿਹੜੇ ਸਕੂਲ ਕਾਲਜ ਨੇ ਯੂਨੀਵਰਸਿਟੀਆਂ ਨੇ ਉਹ ਕਹਿੰਦੇ ਨੇ ਵੀ ਅਸੀਂ ਬੱਚਿਆਂ ਨੂੰ ਇਗਜ਼ਾਮ ਦੇ ਵਿੱਚ ਨਹੀਂ ਬੈਠਣ ਦੇਣਾ। ਸੋ ਅਸੀਂ ਇਹ ਜਿਹੜੀ ਗੱਲ ਕੈਪਟਨ ਸਰਕਾਰ ਤੱਕ DC ਸਾਹਿਬ ਦੇ ਮਾਧਿਅਮ ਰਾਹੀਂ ਪਹੁੰਚਾਉਣੀ ਚਾਹੁੰਦੇ ਹਾਂ ਵੀ ਉਹ ਜਿਹੜੀ ਪੇਮੈਂਟ ਆ ਜਿਹੜੀ ਬੱਚਿਆਂ ਦੇ ਅਕਾਊਂਟ 'ਚ ਜਾਣੀ ਚਾਹੀਦੀ ਸੀ, ਜਿਹਦਾ ਘਪਲਾ ਹੋਇਆ, ਉਹ ਪੇਮੈਂਟ ਆ ਜਿਹੜੀ ਬੱਚਿਆਂ ਦੇ ਅਕਾਊਂਟ 'ਚ ਪਹੁੰਚਦੀ ਕੀਤੀ ਜਾਵੇ ਔਰ ਕਾਲਜਾਂ ਯੂਨੀਵਰਸਿਟੀਆਂ ਨੂੰ ਨਿਰਦੇਸ਼ ਦਿੱਤੇ ਜਾਣ ਤਾਂ ਕਿ ਉਹ ਬੱਚਿਆਂ ਦਾ ਫਿਊਚਰ ਖਰਾਬ ਹੋਣ ਤੋਂ ਬਚੇ। ਇਸ ਕਰਕੇ DC ਸਾਹਿਬ ਦੇ ਥਰੂ ਅਸੀਂ ਅੱਜ ਇਹ ਮੰਗ ਪੱਤਰ ਦੇਵਾਂਗੇ, ਕੈਪਟਨ ਸਰਕਾਰ ਦਾ ਪੁਤਲਾ ਫੂਕ ਕੇ ਹਟੇ ਹਾਂ ਤਾਂ ਕਿ ਇਹ ਸੁੱਤੀ ਪਈ ਸਰਕਾਰ ਆ ਜਿਹੜੀ ਇਹਦੀਆਂ ਅੱਖਾਂ ਖੁੱਲ੍ਹ ਜਾਣ। ਪੰਜਾਬ ਸਰਕਾਰ ਦਾ ਜਿਹੜਾ ਅਸੀਂ ਪੁਤਲਾ ਜਿਹੜਾ ਸਾੜਿਆ ਹੈਗਾ ਅੱਜ, ਜਿਹੜਾ 2 ਲੱਖ ਵਿਦਿਆਰਥੀਆਂ ਦਾ ਜਿਹੜਾ ਰੋਲ ਨੰਬਰ ਰੋਕ ਲਿਆ ਹੈਗਾ, ਉਹਦੇ ਸੰਬੰਧ ਦੇ ਵਿੱਚ ਲੋਕ ਇਨਸਾਫ ਪਾਰਟੀ SC ਵਿੰਗ ਵੱਲੋਂ ਜਿਹੜਾ ਇਹ ਪੁਤਲਾ ਫੂਕਿਆ ਗਿਆ ਹੈਗਾ ਵਾ, ਅਤੇ ਅਸੀਂ ਇੱਕ ਮੰਗ ਪੱਤਰ ਵੀ DC ਸਾਹਿਬ ਮਾਧਿਅਮ ਰਾਹੀਂ ਜਿਹੜਾ ਗਵਰਨਰ ਨੂੰ ਭੇਜਦੇ ਹੈਗੇ ਆ ਵੀ 2 ਲੱਖ ਵਿਦਿਆਰਥੀਆਂ ਦਾ ਜਿਹੜਾ 1850 ਕਰੋੜ ਰੁਪਏ ਜਿਹੜਾ ਜੋ ਕਾਲਜ ਯੂਨੀਵਰਸਿਟੀ ਦਾ ਹੈਗਾ ਉਹ ਦਿੱਤਾ ਜਾਵੇ ਤਾਂ ਕਿ ਉਹ ਦਲਿਤ ਵਿਦਿਆਰਥੀਆਂ ਦਾ ਭਵਿੱਖ ਖਰਾਬ ਨਾ ਹੋ ਸਕੇ, ਉਹਨਾਂ ਨੂੰ ਰੋਲ ਨੰਬਰ ਮਿਲ ਸਕੇ। ਕੇਂਦਰ ਵਾਲੇ ਤਾਂ ਕਹਿੰਦੇ ਵੀ ਇਹ ਅਸੀਂ ਦੇ ਦਿੱਤਾ ਹੈਗਾ ਵਾ, ਕੇਂਦਰ ਵਾਲੇ ਤਾਂ ਕਹਿੰਦੇ ਦੇ ਦਿੱਤਾ 64 ਕਰੋੜ ਰੁਪਏ ਦਾ, ਪਹਿਲਾਂ ਜਿਹੜਾ ਸਾਡੇ ਸਰਦਾਰ ਸਿਮਰਜੀਤ ਸਿੰਘ ਬੈਂਸ ਨੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਅੱਜ ਤੋਂ 6 ਮਹੀਨੇ ਪਹਿਲਾਂ ਇਹਦਾ ਉਜਾਗਰ ਕੀਤਾ ਸੀਗਾ 64 ਕਰੋੜ ਰੁਪਏ ਦਾ ਘੁਟਾਲੇ ਦਾ, ਮਗਰ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਉਹਨੂੰ ਕਲੀਨ ਚਿੱਟ ਦੇ ਦਿੱਤੀ ਸੀ। ਉੱਥੋਂ ਪਤਾ ਲੱਗਦਾ ਸੀਗਾ ਵੀ ਇਹ ਮਿਲੀ ਭੁਗਤ ਹੈਗੀ ਆ, ਜਿਹੜੇ ਤਾਂ ਕਲੀਨ ਚਿੱਟ ਦਿੱਤੀ ਹੈਗੀ ਉਹਨੂੰ। ਕਾਫੀ ਸਮੇਂ ਤੋਂ ਦਲਿਤ ਵਿਦਿਆਰਥੀਆਂ ਨੂੰ ਨਹੀਂ ਮਿਲਦੀ ਪਈ ਹੈਗੀ ਆ, ਤਕਰੀਬਨ ਅੱਜ ਉਹਦੀ ਸਰਕਾਰ ਆਈ ਹੈ ਮੇਰੇ ਹਿਸਾਬ ਨਾਲ ਹਾਲੇ ਤੱਕ ਕਿਸੇ ਦਿੱਤੀ ਨਹੀਂ ਹੈਗੀ ਆ। ਇਹ ਜਿਹੜੀ ਸਰਕਾਰ ਹੈਗੀ ਦਲਿਤ ਵਿਰੋਧੀ ਸਰਕਾਰ ਹੈਗੀ ਆ, ਦਲਿਤ ਵਿਰੋਧੀ ਹੋਣ ਕਰਕੇ ਹੁਣ ਪਿਛਲੇ ਕੁਛ ਹੀ ਸਮੇਂ ਦੇ ਵਿੱਚ 24 PPS ਅਧਿਕਾਰੀਆਂ ਦੀ ਜਿਹੜੀ ਲਿਖ ਕੇ ਲਿਸਟ ਭੇਜੀ ਸੀਗੀ IPS ਕਰਨ ਵਾਸਤੇ, ਪ੍ਰਮੋਟ ਕਰਨ ਵਾਸਤੇ, ਮਗਰ ਉਹਨਾਂ ਦੇ ਵਿੱਚੋਂ ਨਾ ਤਾਂ ਉਹਦੇ ਵਿੱਚ ਕੋਈ ਦਲਿਤ ਸਮਾਜ ਦਾ ਸੀਗਾ, ਨਾ ਕੋਈ OBC ਸਮਾਜ ਦਾ, ਇੱਕ ਵੀ ਕੋਈ ਅਧਿਕਾਰੀ ਉਹਦੇ ਵਿੱਚ ਹੈ ਨਹੀਂ ਸੀਗਾ। ਹੁਣ ਇੱਕ ਹੋਰ ਜਿਹੜਾ ਇੱਕ ਧੋਖਾ ਕੀਤਾ ਹੈਗਾ ਦਲਿਤ ਸਮਾਜ ਦੇ ਨਾਲ, ਜਿਹੜਾ PCS ਦੇ ਅਧਿਕਾਰੀ
ਦੀ ਜਿਹੜੀ ਪੋਸਟ ਸੀਗੀ ਉਹਦੇ ਵਿੱਚ ਅਣਮਿੱਥੇ ਉਮਰ ਦੇ ਹਿਸਾਬ ਨਾਲ ਜਿੰਨੀ ਵਾਰੀ ਮਰਜ਼ੀ ਦਲਿਤ ਵਿਦਿਆਰਥੀ ਉਹਨੂੰ ਪੇਪਰ ਦੇ ਸਕਦਾ ਸੀਗਾ ਜਦ ਤੱਕ ਉਹ ਪ੍ਰਮੋਟ ਨਹੀਂ ਕਰਦਾ, ਪਾਸ ਨਹੀਂ ਹੁੰਦਾ ਸੀਗਾ। ਮਗਰ ਉਹਨਾਂ ਨੂੰ ਵੀ ਇਹ ਸਮਾਂ ਘਟਾ ਕੇ 4 ਵਾਰੀ ਕਰ ਦਿੱਤਾ ਵੀ ਦਲਿਤ ਸਮਾਜ ਨੂੰ ਵੀ ਅੱਗੇ ਨਾ ਵੱਧ ਸਕੇ। ਲੋਕ ਇਨਸਾਫ ਪਾਰਟੀ ਅੱਜ ਜਿਹੜਾ ਗਵਰਨਰ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੀ ਹੈਗੀ ਆ, ਉਹ ਇਹੀ ਇਸੇ ਕਾਰਨ ਦੇਣ ਜਾ ਰਹੀ ਹੈਗੀ ਆ ਵੀ ਤਾਂ ਕਿ ਜਿਹੜਾ 2 ਲੱਖ ਵਿਦਿਆਰਥੀਆਂ ਦਾ ਭਵਿੱਖ ਖਰਾਬ ਨਾ ਹੋਵੇ, ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਦੇ ਜਿਹੜੇ ਕਾਲਜ ਯੂਨੀਵਰਸਿਟੀਆਂ ਦੀ ਪੇਮੈਂਟ ਦਿੱਤੀ ਜਾਵੇ ਅਤੇ ਉਹਨਾਂ ਬੱਚਿਆਂ ਨੂੰ ਪੇਪਰ ਦੇ ਅੱਗੇ ਔਖੇ ਨਾ ਹੋਵੇ। ਲੁਧਿਆਣਾ ਤੋਂ ਮਨੀਸ਼ ਦੀ ਰਿਪੋਰਟ, ਦਾ ਸਮਰ ਨਿਊਜ਼। ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਤੇ ਸਬਸਕ੍ਰਾਈਬ ਕਰੋ ਯੂਟਿਊਬ ਚੈਨਲ ਨੂੰ ਤੇ ਇੰਸਟਾਗ੍ਰਾਮ ਨੂੰ ਫੋਲੋ ਕਰਨਾ ਨਾ ਭੁੱਲਿਓ।